ਕੱਲ ਨਾਲੋਂ ਕੋਹਰਾ ਜਿਹੜਾ ਵਾ ਉਹ ਘਟਿਆ ਜ਼ਰੂਰ ਹੈ ਔਰ ਕੱਲ ਨਾਲੋਂ ਠੰਡ ਵੀ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਘਟੀ ਜ਼ਰੂਰ ਹੈ। ਡਾਕਟਰ ਇਹ ਰਾਏ ਦਿੰਦੇ ਨੇ ਕਿ ਜਿਹੜੇ ਬਜ਼ੁਰਗ ਨੇ ਉਹ ਤੜਕੇ ਘੱਟ ਸੈਰ ਕਰਨ ਇਸ 15-20 ਦਿਨਾਂ ਦੇ ਵਿੱਚ। ਕੀ ਤੁਸੀਂ ਮੈਨੂੰ ਬਜ਼ੁਰਗ ਸਮਝਦੇ ਹੋ? ਚੰਡੀਗੜ੍ਹ ਦੇ ਵਿੱਚ ਅੱਜ ਕੋਹਰੇ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਆਮ ਲੋਕਾਂ ਨੂੰ ਮਿਲੀ ਹੈ, ਲੇਕਿਨ ਠੰਡ ਜਿਹੜੀ ਹੈ ਟੈਂਪਰੇਚਰ ਦੀ ਗੱਲ ਕੀਤੀ ਜਾਵੇ 7 ਡਿਗਰੀ ਟੈਂਪਰੇਚਰ ਹੈ ਔਰ ਦਿਨ ਦੇ ਵਿੱਚ 16-17 ਡਿਗਰੀ ਤੱਕ ਟੈਂਪਰੇਚਰ ਜਿਹੜਾ ਉਹ ਜਾਏਗਾ ਔਰ ਮੌਸਮ ਵਿਭਾਗ ਦੇ ਮੁਤਾਬਕ ਅੱਜ ਬੂੰਦਾਬਾਂਦੀ ਵੀ ਚੰਡੀਗੜ੍ਹ ਦੇ ਵਿੱਚ ਹੋ ਸਕਦੀ ਹੈ। ਅਗਲੇ 10 ਦਿਨ ਦੀ ਗੱਲ ਕੀਤੀ ਜਾਵੇ ਤਾਂ ਰਾਤ ਨੂੰ ਪਾਰਾ ਜਿਹੜਾ ਵੈ ਉਹ 6-7 ਡਿਗਰੀ ਤੱਕ ਰਹੇਗਾ ਔਰ ਦਿਨੇ ਪਾਰਾ ਜਿਹੜਾ ਵੈ ਉਹ 16-17 ਡਿਗਰੀ ਤੱਕ ਰਹੇਗਾ। ਚੰਡੀਗੜ੍ਹ ਦੀ ਜਾਨ ਮੰਨੀ ਜਾਂਦੀ ਸੁਖਨਾ ਲੇਕ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਔਰ ਇੱਥੇ ਅਮੂਮਨ ਤੌਰ ਦੇ ਉੱਤੇ ਲੋਕ ਜਿਹੜੇ ਨੇ ਉਹ ਤੜਕੇ ਹੀ ਸੈਰ ਕਰਨ ਆਉਂਦੇ ਨੇ, ਲੇਕਿਨ ਵਧਦੀ ਠੰਡ ਨੂੰ ਦੇਖਦੇ ਹੋਏ ਕਿਉਂਕਿ ਡਾਕਟਰਾਂ ਨੇ ਵੀ ਇਹ ਕਿਹਾ ਕਿ ਘੱਟ ਤੋਂ ਘੱਟ ਸੈਰ ਕੀਤੀ ਜਾਵੇ ਔਰ ਇਸੇ ਵਜ੍ਹਾ ਕਰਕੇ ਇੱਥੇ ਲੋਕ ਘੱਟ ਸੈਰ ਕਰਨ ਦੇ ਲਈ ਆ ਰਹੇ ਨੇ। ਤਸਵੀਰਾਂ ਮੈਂ ਸੁਖਨਾ ਲੇਕ ਦੀਆਂ ਦਿਖਾ ਰਿਹਾ ਔਰ ਨਾਲ ਹੀ ਨਾਲ ਕਾਫੀ ਘੱਟ ਲੋਕ ਜਿਹੜੇ ਨੇ ਉਹ ਇਸ ਵੇਲੇ ਇੱਥੇ ਸਵੇਰ ਦੀ ਠੰਡ ਦਾ ਮਜ਼ਾ ਲੈਣ ਦੇ ਲਈ ਜਾਂ ਫਿਰ ਸੈਰ ਕਰਨ ਦੇ ਲਈ ਪਹੁੰਚ ਰਹੇ ਨੇ, ਲੇਕਿਨ ਜ਼ਿਆਦਾਤਰ ਇੱਥੇ ਸੁਖਨਾ ਲੇਕ ਤੇ ਅਗਰ ਪਿਛਲੇ 10-15 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਘੱਟ ਲੋਕ ਜਿਹੜੇ ਨੇ ਉਹ ਸੈਰ ਦੇ ਲਈ ਆ ਰਹੇ, ਲੇਕਿਨ ਕੁਝ ਬਜ਼ੁਰਗ ਇਸ ਵੇਲੇ ਸੈਰ ਦੇ ਲਈ ਪਹੁੰਚੇ ਹੋਏ। ਅੱਜ ਜਾਂ ਪਿਛਲੇ 10 ਦਿਨ ਦੀ ਗੱਲ ਕੀਤੀ ਜਾਵੇ ਲੋਕ ਘਟੇ ਨੇ ਠੰਡ ਵਧਦੀ ਠੰਡ ਨੂੰ ਦੇਖਦੇ ਹੋਏ। ਇਹ ਬੇਟੇ ਜਿਹੜੇ ਰੈਗੂਲਰ ਲੋਕ ਨੇ ਨਾ ਉਹ ਨਹੀਂ ਅੜਦੇ ਹਨ, ਉਹ ਖਾਣਾ ਭਾਵੇਂ ਛੱਡਦੇ ਨੇ, ਠੰਡ ਠੁੰਡ ਦਾ ਕੋਈ ਅਸਰ ਨਹੀਂ। ਮੀਂਹ ਦੇ ਵਿੱਚ ਵੀ ਆਉਂਦੇ ਨੇ, ਠੰਡ ਦੇ ਵਿੱਚ ਵੀ ਆਉਂਦੇ ਆ, ਜਿੰਨਾ ਚਿਰ ਨਹੀਂ ਆਉਂਦੇ ਸਮਝੋ ਘਰ ਬਿਮਾਰ ਹੋ ਜਾਂਦੇ ਬੰਦੇ ਜੇ ਨਹੀਂ ਆਉਂਦੇ ਤਾਂ। ਤੁਸੀਂ ਕਿੰਨੀ ਦੇਰ ਤੋਂ ਸੈਰ ਕਰ ਰਹੇ? ਮੈਂ ਬੇਟੇ 30-40 ਸਾਲ ਤੋਂ ਕਰ ਰਿਹਾ, ਉਹ ਕਾਲੀ ਸੀ ਬਿਲਕੁਲ, ਚਿੱਟੀ ਹੋ ਗਈ ਇੱਥੇ। ਪਿਛਲੇ 10-12 ਦਿਨਾਂ 'ਚ ਬਹੁਤ ਠੰਡ ਸੀਗੀ, ਉਸ ਵੇਲੇ ਵੀ ਤੁਸੀਂ ਆ ਰਹੇ? ਨੇਚਰ ਨਹੀਂ, ਮੈਂ ਬੰਦ ਕਰਦੇ ਹੀ ਨਹੀਂ, ਅਸੀਂ ਜਿਹੜੇ ਰੈਗੂਲਰ ਆਉਂਦੇ ਹਾਂ ਬੰਦ ਨਹੀਂ ਕਰਦੇ, ਕੋਈ ਉਹ ਨਹੀਂ ਸਾਨੂੰ ਕੋਈ ਫਰਕ ਨਹੀਂ। ਮੈਨੂੰ ਵੇਖੋ ਤੁਸੀਂ ਪਸੀਨਾ ਆਇਆ ਹੋਇਆ ਆ, ਵਾਲਾਂ ਦੇ ਹਾਲਾਂਕਿ ਤਰੇਲ ਜੰਮੀ ਹੋਈ ਹੈ, ਪੂਰਾ ਟਰੈਕ ਦਾ ਚੱਕਰ ਲਾ ਕੇ ਪੂਰਾ ਐਂਡ ਤੇ ਜਾ ਕੇ ਉੱਥੇ ਐਕਸਰਸਾਈਜ਼ ਕਰਕੇ ਫਿਰ। ਹਾਲਾਂਕਿ ਡਾਕਟਰ ਇਹ ਰਾਏ ਦਿੰਦੇ ਨੇ ਕਿ ਜਿਹੜੇ ਬਜ਼ੁਰਗ ਨੇ ਉਹ ਤੜਕੇ ਘੱਟ ਸੈਰ ਕਰਨ ਇਸ 15-20 ਦਿਨਾਂ ਦੇ ਵਿੱਚ। ਕੀ ਤੁਸੀਂ ਮੈਨੂੰ ਬਜ਼ੁਰਗ ਸਮਝਦੇ ਹੋ? ਬਜ਼ੁਰਗ ਹੈ ਹੀ ਨਹੀਂ, ਮੇਰੇ ਕੱਪੜੇ ਅੰਦਰਲੇ ਪਸੀਨੇ ਨਾਲ ਭਿੱਜੇ ਪਏ ਆ, ਮੇਰੇ ਬੱਥੇ ਤੇ ਪਸੀਨਾ ਆਇਆ ਵੇਖੋ ਤੁਸੀਂ। ਉਹ ਕੁਛ ਨਹੀਂ, ਇਹ ਸਾਡਾ ਮੰਨ ਲੈਣ ਦੀ ਗੱਲ ਆ, ਅਸੀਂ ਡਰ ਕੇ ਬਹਿ ਜਾਂਦੇ ਹਾਂ। ਉਹ ਜਿਹੜੇ ਮੈਂ ਦੱਸਿਆ ਨਾ ਡਾਕਟਰ, ਖੁਦ ਡਾਕਟਰ ਆ ਰਹੇ ਨੇ, ਕਿੰਨੇ ਕਿੰਨੇ ਡਾਕਟਰ ਆ ਰਹੇ ਤੁਹਾਨੂੰ ਇੱਥੇ ਹੈ ਨੀ ਤੁਹਾਨੂੰ? ਹਾਲਾਂਕਿ ਜਵਾਨ ਮੁੰਡੇ ਜਿਹੜੇ ਹੈ 25-30 ਸਾਲ ਦੇ, 18-15 ਸਾਲ ਦੇ, ਉਹ ਨਜ਼ਰ ਨਹੀਂ ਆਏ ਪੂਰੇ ਟਰੈਕ ਦੇ ਵਿੱਚ। ਆਉਣਗੇ ਹੀ ਨਹੀਂ, ਆਉਣਗੇ ਹੀ ਨਹੀਂ। ਉਹ ਤਾਂ ਜਿਵੇਂ ਕੋਈ ਸਾਡਾ ਪੈਕਡ ਸਮਾਨ ਮਿਲਦਾ ਨਾ ਸਾਨੂੰ, ਉਹ ਇਸ ਤਰ੍ਹਾਂ ਦੇ ਆ, ਉਹ ਹੈ ਕਹਿੰਦੇ ਨੇ ਕਿੱਥੇ ਠੰਡ, ਕੋਈ ਠੰਡ ਨਹੀਂ ਹੈ। ਤੁਸੀਂ ਥੋੜਾ ਜਿਹਾ ਦੌੜੋ ਜਾਂ ਥੋੜਾ ਜਿਹਾ ਚੱਲੋ ਤੇ ਵੇਖੋ ਤੁਸੀਂ ਨਜ਼ਾਰਾ ਕਿੱਡਾ ਵਧੀਆ। ਗਿਆਸ ਅਸੀਂ ਕਰਮਾਂ ਵਾਲੇ ਹਾਂ, ਬਹੁਤ ਕੰਟਰੀ ਚ ਘੁੰਮਿਆ ਮੈਂ, ਪਰ ਸਾਨੂੰ ਇਹੋ ਜਿਹੀ ਨਹੀਂ ਜਗ੍ਹਾ ਮਿਲਦੀ। ਜਿਹੜੇ ਨੇਚਰ ਨਾਲ ਪਿਆਰ ਕਰਦੇ ਨੇ ਉਹ ਔਰ ਜਿਹੜੇ ਰੈਗੂਲਰ ਆਉਂਦੇ ਨੇ ਉਹ ਸੈਰ ਜ਼ਰੂਰ ਕਰ ਰਹੇ। ਹਾਲਾਂਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਲੇਕ ਤੇ ਘੱਟ ਨਜ਼ਰ ਆ ਰਹੇ ਔਰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਪੂਰੇ ਟਰੈਕ ਦੀਆਂ, ਪੂਰੇ ਲੇਕ ਦੀਆਂ ਔਰ ਕਿਸ ਤਰੀਕੇ ਦੇ ਨਾਲ, ਕਿਉਂਕਿ ਕੱਲ ਨਾਲੋਂ ਕੋਹਰਾ ਜਿਹੜਾ ਵਾ ਉਹ ਘਟਿਆ ਜ਼ਰੂਰ ਹੈ ਔਰ ਕੱਲ ਨਾਲੋਂ ਠੰਡ ਵੀ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਘਟੀ ਜ਼ਰੂਰ ਹੈ ਔਰ ਜਿਹੜੇ ਪੰਛੀ ਨੇ ਜਿਹੜੇ ਇੱਥੇ ਮੌਸਮ ਦਾ ਆਨੰਦ ਜਿਹੜਾ ਵਾ ਲੋਕ ਲੈਂਦੇ ਆ, ਨੇਚਰ ਦੇ ਨਾਲ ਪਿਆਰ ਕਰਦੇ ਨੇ, ਉਹ ਵੀ ਤਸਵੀਰਾਂ ਜਿਹੜੀਆਂ ਵਾ ਉਹ ਕੈਮਰੇ ਦੇ ਵਿੱਚ ਅਸੀਂ ਕੈਦ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੀ ਤਸਵੀਰ ਹੈ। ਹਾਲਾਂਕਿ ਸਿਹਤ ਮਾਹਰ ਜ਼ਰੂਰ ਅਪੀਲ ਕਰਦੇ ਨੇ ਕਿ ਜਦੋਂ ਠੰਡ ਜ਼ਿਆਦਾ ਹੁੰਦੀ ਹੈ ਉਦੋਂ ਬਜ਼ੁਰਗ ਘਰੋਂ ਘੱਟ ਬਾਹਰ ਨਿਕਲਣ ਔਰ ਘੱਟ ਤੋਂ ਘੱਟ ਹੀ ਜਿਹੜਾ ਵੈ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖਣ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18।
ਚੰਡੀਗੜ੍ਹ।